ਇੰਡੀਅਨ ਸਿੰਗਰ ਐਮੀ ਵਿਕ ਸਟਾਰਰ ਬਾਇਓਪਿਕ ਹਰਜੀਤਾ, ਜਿਹੜੀ ਕਿ ਹਾਕੀ ਪਲੇਅਰ ਹਰਜੀਤ ਸਿੰਘ ਤੁਲੀ ਦੀ ਲਾਈਫ ਦੇ ਆਧਾਰਿਤ ਹੈ ਅਤੇ ਜਿਸ ਦਾ ਸਾਨੂੰ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਔਨ ਦਾ ਅਦਰ ਹੈਂਡ, ਇਸ ਫਿਲਮ ਦੇ ਟ੍ਰੇਲਰ ਦੇ ਵਿੱਚ 2016 ਮੈਨਸ ਹਾਕੀ ਜੂਨੀਅਰ ਵਰਲਡ ਕੱਪ ਦੇ ਕੈਪਟਨ ਹਰਜੀਤ ਸਿੰਘ ਤੁਲੀ ਦੀ ਲਾਈਫ ਦੇ ਹਰ ਇੱਕ ਵਾਕਿਆ ਤੋਂ ਲੈ ਕੇ 2016 ਦੇ ਵਿੱਚ ਜਿੱਤੇ ਗਏ ਗੋਲਡ ਮੈਡਲ ਦੇ ਸੁਨਹਿਰੇ ਪਲ ਨੂੰ ਬਹੁਤ ਹੀ ਬਖੂਬੀ ਤਰੀਕੇ ਦੇ ਨਾਲ ਦਰਸਾਇਆ ਗਿਆ ਹੈ। ਔਨ ਦਾ ਅਦਰ ਹੈਂਡ, ਇਸ ਫਿਲਮ ਦੇ ਪਹਿਲੇ ਗਾਣੇ ਪਿਆਰ ਕਰਦੀ, ਜਿਹੜਾ ਕਿ ਇੱਕ ਰੋਮਾਂਟਿਕ ਨੰਬਰ ਸੀ, ਉਸ ਦੇ ਵਿੱਚ ਸਾਨੂੰ ਹਰਜੀਤ ਸਿੰਘ ਤੁਲੀ ਦੀ ਲਵ ਲਾਈਫ ਦਾ ਇੱਕ ਝਲਕੀ ਦੇਖਣ ਨੂੰ ਮਿਲੀ। ਵੈਲ ਜੀ, ਇੱਕ ਐਕਸਕਲੂਸਿਵ ਨਿਊਜ਼ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਮੂਵੀ ਦੇ ਰਿਲੇਟਡ। ਵੈਲ ਜੀ, ਇਸ ਗਾਣੇ ਦਾ ਟਾਈਟਲ ਟਰੈਕ ਵੀ ਰੈਡੀ ਹੈ, ਜਿਸ ਨੂੰ ਗਾਇਆ ਹੈ ਦਲੇਰ ਮਹਿੰਦੀ ਜੀ ਨੇ ਅਤੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਦ ਬੌਸ ਨੇ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਨਿੰਜਾ ਦੀ ਸੁਪਰਹਿੱਟ ਐਲਬਮ ਐਵਰਗ੍ਰੀਨ ਨੂੰ ਮਿਊਜ਼ਿਕ ਦਿੱਤਾ ਸੀ। ਨਾਲ ਹੀ ਜਾਰਡਨ ਸੰਧੂ ਦੇ ਸੁਪਰ ਡੁਪਰ ਹਿੱਟ ਗਾਣੇ ਤੀਜੇ ਵੀਕ ਨੂੰ ਵੀ ਮਿਊਜ਼ਿਕ ਦਿੱਤਾ ਸੀ। ਵੈਲ ਜੀ, ਇਸ ਗਾਣੇ ਦਾ ਟਾਈਟਲ ਟਰੈਕ ਅਤੇ ਉਸਦੀ ਰਿਲੀਜ਼ ਡੇਟ ਜਲਦ ਹੀ ਅਨਾਊਂਸ ਕੀਤੀ ਜਾਵੇਗੀ। ਵੈਲ ਜੀ, ਸੋਰਸਿਸ ਦਾ ਇਹ ਵੀ ਕਹਿਣਾ ਹੈ ਕਿ ਹਰਜੀਤਾ ਫਿਲਮ ਦਾ ਇਹ ਟਾਈਟਲ ਟਰੈਕ ਬਹੁਤ ਹੀ ਇੰਸਪਾਇਰਿੰਗ ਅਤੇ ਮੋਟੀਵੇਸ਼ਨਲ ਹੋਵੇਗਾ। ਵਿਜੇ ਅਰੋੜਾ ਦੀ ਇਹ ਡਾਇਰੈਕਟੋਰੀਅਲ ਫਿਲਮ ਰਿਲੀਜ਼ ਹੋਵੇਗੀ 18 ਮਈ ਨੂੰ। ਸੋ ਫਰੈਂਡਸ, ਹੁਣ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਇਸ ਮੋਟੀਵੇਸ਼ਨਲ ਐਂਡ ਇੰਸਪਾਇਰਿੰਗ ਟਾਈਟਲ ਟਰੈਕ ਬਾਰੇ, ਅਤੇ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। gabruu.com ਪੰਜਾਬ ਦਾ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਜ।